ਪਰ ਉੱਥੇ ਇੱਕ ਦੁੱਖ ਵੇਖਿਆ ਮੈਂ, ਇੱਕ ਦੇਸ਼ ਦਾ ਫੌਜੀ ਹੋਣ ਦੇ ਨਾਤੇ ਮੈਂ ਐਕਸ ਹਾਂ, ਪਰ ਦੇਸ਼ ਦੀ ਲਿਹਾਜ਼ ਵੀ ਮਰ ਮਿਟਣ ਲਈ ਤਿਆਰ ਹਾਂ ਮੈਂ। ਜਦ ਮੇਰੇ ਲੋਕ ਪਰੇਸ਼ਾਨ ਨੇ, ਮੇਰੇ ਭੈਣ ਭਾਈ ਪਰੇਸ਼ਾਨ ਨੇ, ਸਾਡੇ ਕਿਸਾਨ ਪਰੇਸ਼ਾਨ ਨੇ, ਤਾਂ ਮੈਂ ਆਵਾਜ਼ ਕਿਉਂ ਨਾ ਬਣਾ। ਆਵਾਜ਼ ਉੱਥੇ ਜਦ ਮੈਂ ਦੇਖਿਆ, ਮੈਂ ਇੱਕ ਭੈਣ ਤੋਂ ਪੁੱਛਿਆ, ਮੈਂ ਭੈਣ ਤੋਂ ਉਦਾਸ ਕੀ ਉਹ ਰੋ ਰਹੀ ਸੀ, ਤੇ ਜਦ ਉਹ ਵੇਖਿਆ ਉਹ ਕਹਿੰਦੀ ਵੀਰੇ ਸਾਡੀਆਂ ਤਾਂ ਜ਼ਮੀਨਾਂ ਕੱਚੀਆਂ ਹੋ ਗਈਆਂ ਨੇ, ਸਾਨੂੰ ਨਾ ਤਾਂ ਕੋਈ ਆੜਤੀ ਤੋਂ ਉਮੀਦ ਆ, ਨਾ ਸਾਨੂੰ ਕੋਈ ਬੈਂਕ ਲਿਮਟ ਤੋਂ ਉਮੀਦ ਆ, ਕਿਉਂਕਿ ਸਾਡੇ ਕੋਲ ਜ਼ਮੀਨਾਂ ਹੈ ਹੀ ਨਹੀਂ, ਜਿਹੜਾ ਝੋਨਾ ਬੀਜਿਆ ਸੀ ਉਹ ਖਤਮ ਹੋ ਗਿਆ, ਤੇ ਨਾ ਉਹਨਾਂ ਨੂੰ ਮੁਆਵਜ਼ਾ ਮਿਲਣਾ। ਤਾਂ ਅਸੀਂ ਸਾਰੇ ਰਲ ਕੇ, ਜੇ ਸਰਦਾਰ ਭਗਤ ਸਿੰਘ ਸ਼ਹੀਦ ਸਾਡੇ ਊਧਮ ਸਿੰਘ ਵਰਗੇ ਦੇਸ਼ ਦੇ ਲਈ ਆਪਣੀ ਜਾਨ ਦੇ ਸਕਦੇ ਨੇ, ਤਾਂ ਅਸੀਂ ਇੱਕ ਆਵਾਜ਼ ਕਿਉਂ ਨਹੀਂ ਬਣ ਸਕਦੇ? ਇਹਦੇ ਵਿੱਚ ਪੈਸੇ ਦਾ ਮਤਲਬ ਨਹੀਂ, ਸਾਡੇ ਕੋਲ ਪੈਸਾ ਹੋਵੇ ਜਾਂ ਗੱਡੀਆਂ ਹੋਣ ਅਸੀਂ ਤਾਂ ਹੀ ਆਵਾਜ਼ ਬਣਾਂਗੇ। ਆਵਾਜ਼ ਸਾਨੂੰ ਸਾਰਿਆਂ ਨੂੰ ਸੋਸ਼ਲ ਮੀਡੀਆ ਤੇ ਬਣਨਾ ਪਵੇਗਾ। ਸਾਡੇ ਕੋਲ ਪੈਸੇ ਸਾਡੇ ਕੋਲ ਹੈ ਨਹੀਂ, ਅਸੀਂ ਸੋਸ਼ਲ ਮੀਡੀਆ ਤੇ ਬੈਠ ਕੇ ਕੰਮ ਕਰਾਂਗੇ ਤਾਂ ਜੋ ਗੁੰਗੀਆਂ ਬਹਿਰੀਆਂ ਸਰਕਾਰਾਂ ਨੂੰ ਜਗਾ ਸਕੀਏ। ਹਰ ਵਕਤ ਸਾਡੇ ਨਾਲ ਘਰ ਹੁੰਦਾ ਹੈ, ਸਾਡੇ ਨਾਲ ਧੋਖਾ ਹੁੰਦਾ ਹੈ, ਅਸੀਂ ਧੋਖੇ ਤੋਂ ਉਹ ਘਰ ਤੋਂ ਬਚਣਾ ਹੈ ਤਾਂ ਜੋ ਅਸੀਂ ਆਪਣਾ ਪੰਜਾਬ ਦਾ ਜੋ ਸੁਪਨਾ ਹੈ ਸਰਦਾਰ ਭਗਵੰਤ ਸਿੰਘ ਮਾਨ ਦਾ